स्वीप यानी सिस्टेमैटिक वोटर एजुकेशन एंड इलेक्टोरल पार्टिसिपेशन टीमा ते सोशल मीडिया दे जिला नोडल अफसरान नाल मीटिंग عمران پنجاب ਦੇ ਮੁਖ ਚੌਣ ਅਧਿਕਾਰੀ ਸਬਨਸੀ ਨੇ ਐਲਾਨ ਕੀਤਾ ਹੈ ਕਿ ਜਿਹੜੇ ਬੂਥ ਲੈਵਲ ਅਫਸਰ ਆਪੋ ਆਪਣੇ ਬੂਥਾਂ ਤੇ VOTING ਫੀਸਰ ਵਧਾਉਣਗੇ ਉਹਨਾਂ ਨੂੰ ਦਫ਼ਤਰ ਵੱਲੋਂ ਇਨਾਮੀ ਰਾਸ਼ੀ ਦੇਂਦੀ ਯੋਜਨਾ ਬਣਾਈ ਜਾ ਰਹੀ ਹੈ ਮੁਖ ਚੌਣ ਅਧਿਕਾਰੀ ਨੇ ਕਿਹਾ ਕਿ 2019 ਦੇ ਮੁਕਾਬਲੇ 10 ਫੀਸਰ ਜਾਂ ਇਸ ਤੋਂ ਵੱਧ VOTER ਫੀਸਦ ਵਿੱਚ ਵਾਅਦਾ ਕਰਨ ਵਾਲੇ ਬੀਐਲਓਜ਼ ਨੂੰ 5000 ਰੁਪਏ ਦਾ ਨਕਦੀ ਨਾਮ ਅਤੇ ਸੁਭਾ ਵਦਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ ਇਸ ਜ਼ੁਲਾਵਾ ਜਿਹੜੇ ਬੂਥਾਂ ਉਤੇ VOTING ਫੀਸਦ 75 ਫੀਸਦ ਤੋਂ ਵੱਧ ਹੋਵੇਗੀ ਉਥੋਂ ਦੇ ਬੀਐਲਓਜ਼ ਨੂੰ ਵੀ 5000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ